ਇਸ ਵੀਡੀਓ ਵਿੱਚ ਅਸੀਂ ਕੈਲਕੂਲੇਸ਼ਨ ਆਫ ਪਾਰਟੀਸ਼ਨ ਵੈਲਿਊ ਇਨ ਕੰਟੀਨਿਊਸ ਸੀਰੀਜ਼ ਵਿੱਚ ਪਤਾ ਕਰਨੀ ਹੈ। ਜੋ ਕੰਟੀਨਿਊਸ ਸੀਰੀਜ਼ ਦਿੱਤੀ ਹੋਵੇ ਤਾਂ ਅਸੀਂ ਪਾਰਟੀਸ਼ਨ ਵੈਲਿਊ ਕੱਢਾਂਗੇ। ਕੁਐਸਚਨ ਹੈਗਾ ਕੈਲਕੂਲੇਸ਼ਨ ਮੀਡੀਅਨ ਐਮ ਕੁਆਰਟਾਈਲ ਡੇਵੀਏਸ਼ਨਸ ਕਿਊ 1 ਕਿਊ 3 7th ਡਿਸਾਈਲ ਐਂਡ 85 ਪਰਸੈਂਟਾਈਲ ਫਰੋਮ ਦੀ ਫੋਲੋਇੰਗ ਡੇਟਾ। ਸਾਡੇ ਕੋਲ ਡਾਟਾ ਜਿਹੜਾ ਵਾ ਉਹ ਗਿਵਨ ਆ, ਅਤੇ ਸਾਡੇ ਕੋਲ ਡਾਟਾ ਗਿਵਨ ਆ, ਮਾਰਕਸ ਦਿੱਤੇ ਹੋਏ ਨੇ ਅਤੇ ਸਟੂਡੈਂਟ ਦਿੱਤੇ ਹੋਏ ਨੇ। ਮਾਰਕਸ ਹੈਗੇ ਨੇ ਅੰਡਰ 10 ਟੂ 20, 20 ਟੂ 30, 30 ਟੂ 40, 40 ਟੂ 50, 50 ਟੂ 60, 60 ਟੂ 70, 70 ਟੂ ਅਬਵ ਜਾਂ ਓਵਰ 70 ਟੂ 80। ਅੰਡਰ 10 ਹੋ ਗਿਆ 0 ਟੂ 10 ਸਟੂਡੈਂਟ ਹੋ ਗਏ ਨੇ। 8, 12, 20, 30 ਟੂ 30, 30 ਅਤੇ 28, 12 ਅਤੇ 4 ਇਹ ਨੰਬਰ ਆਫ ਦੀ ਸਟੂਡੈਂਟ ਆ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਇਹਦਾ ਇੱਕ ਕੋਲਮ ਤਿਆਰ ਕਰਾਂਗੇ। ਕੋਲਮ ਬਣਾਵਾਂਗੇ ਜਿਹਦੇ ਵਿੱਚ ਅਸੀਂ ਇੱਕ ਸਾਈਡ 'ਤੇ ਅਸੀਂ ਲਵਾਂਗੇ ਮਾਰਕਸ, ਦੂਸਰੇ ਕੋਲਮ ਦੇ ਵਿੱਚ ਲਵਾਂਗੇ ਸਟੂਡੈਂਟ, ਤੀਜੇ 'ਚ ਲਵਾਂਗੇ ਕੌਮੂਲੇਟਿਵ ਫ੍ਰੀਕੁਐਂਸੀ। ਜਦੋਂ ਵੀ ਕੰਟੀਨਿਊਸ ਸੀਰੀਜ਼ ਦਿੱਤੀ ਹੋਵੇ ਤਾਂ ਅਸੀਂ ਕੁਆਰਟਾਈਲ ਜਾਂ ਮੀਡੀਅਨ ਕੱਢਣੀ ਹੋਵੇ ਤਾਂ ਸਾਨੂੰ ਕੌਮੂਲੇਟਿਵ ਫ੍ਰੀਕੁਐਂਸੀ ਪਤਾ ਹੋਣੀ ਚਾਹੀਦੀ ਹੈ। ਕੌਮੂਲੇਟਿਵ ਫ੍ਰੀਕੁਐਂਸੀ ਅਸੀਂ ਫ੍ਰੀਕੁਐਂਸੀ ਤੋਂ ਪਤਾ ਕਰਦੇ ਹਾਂ। ਜਦੋਂ ਫ੍ਰੀਕੁਐਂਸੀ ਨੂੰ ਹਰ ਇੱਕ ਕਲਾਸ ਇੰਟਰਵਲ ਦੇ ਵਿੱਚ ਜਦੋਂ ਵੱਧਦੇ ਹਾਂ ਤਾਂ ਐਡ ਕਰੀ ਜਾਂਦੇ ਹਾਂ ਤਾਂ ਸਾਡੇ ਕੋਲ ਕੰਮੂਲੇਟਿਵ ਫ੍ਰੀਕੁਐਂਸੀ ਆ ਜਾਂਦੀ ਆ। ਸਭ ਤੋਂ ਪਹਿਲਾਂ ਅਸੀਂ ਮਾਰਕਸ ਲਿਖਾਂਗੇ। ਅੰਡਰ 0 ਦਾ ਮੀਨਿੰਗ ਹੈਗਾ 0 ਟੂ 10, 10 ਟੂ 20, 20 ਟੂ 30, 30 ਟੂ 40, 40 ਟੂ 50, 50 ਟੂ 60, 60 ਟੂ 70, 70 ਟੂ 80 ਜਾਂ 70 ਤੋਂ ਅਬਵ ਜਾਂ ਓਵਰ। ਅੱਗੇ ਸਟੂਡੈਂਟ ਦੇ ਤਿੰਨ ਫ੍ਰੀਕੁਐਂਸੀ ਦਿੱਤੀ ਹੋਈ ਆ। ਇਹ ਸਾਡੇ ਕੋਲ ਹੈਗੀ ਆ 8, 12, 20, 32, 30, 28, 12 ਅਤੇ 4। ਇਹਨਾਂ ਦੇ ਜਦੋਂ ਫ੍ਰੀਕੁਐਂਸੀ ਦਾ ਅਸੀਂ ਟੋਟਲ ਲਵਾਂਗੇ, ਇਹ ਸਾਡੇ ਕੋਲ ਆ ਗਿਆ ਟੋਟਲ ਕਰਕੇ, ਇਹ ਆ ਜੋ ਸਾਡੇ ਕੋਲ 146 ਇਕੁਅਲ ਆ। ਜਿਹੜੀ ਕੌਮੂਲੇਟਿਵ ਫ੍ਰੀਕੁਐਂਸੀ ਆ, ਜਦੋਂ ਅਸੀਂ ਇਹਨੂੰ ਐਡ ਕਰੀ ਜਾਂਦੇ ਹਾਂ ਲਾਸਟ ਵਿੱਚ, ਜਿਹੜੀ ਕੌਮੂਲੇਟਿਵ ਫ੍ਰੀਕੁਐਂਸੀ ਹੁੰਦੀ ਆ ਉਹ ਐਨ ਦੇ ਇਕੁਅਲ ਹੁੰਦੀ ਆ। ਹੁਣ ਅਸੀਂ ਕੌਮੂਲੇਟਿਵ ਫ੍ਰੀਕੁਐਂਸੀ ਪਤਾ ਕਰਾਂਗੇ। 8, 8 ਪਲੱਸ 12 ਇਜ਼ ਇਕੁਅਲ ਟੂ 20, 20 ਪਲੱਸ 20 ਇਜ਼ ਇਕੁਅਲ ਟੂ 40, 40 ਪਲੱਸ 32 ਇਜ਼ ਇਕੁਅਲ ਟੂ 72, 72 ਪਲੱਸ 30 ਇਜ਼ ਇਕੁਅਲ ਟੂ 102, 102 ਪਲੱਸ 28 ਇਜ਼ ਇਕੁਅਲ ਟੂ 130, 130 ਪਲੱਸ 12 ਇਜ਼ ਇਕੁਅਲ ਟੂ 142, 142 ਪਲੱਸ 4 ਇਜ਼ ਇਕੁਅਲ ਟੂ 146। ਇਹ ਟੋਟਲ ਹੈ ਜਿਹੜੀ ਐਨ ਦੇ ਇਕੁਅਲ ਆ ਲਾਸਟ ਵਾਲੀ ਕੌਮੂਲੇਟਿਵ ਫ੍ਰੀਕੁਐਂਸੀ। ਹੁਣ ਸਭ ਤੋਂ ਪਹਿਲਾਂ ਅਸੀਂ ਪਤਾ ਕੀ ਕਰਨਾ, ਮੀਡੀਅਨ। ਸਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਅਸੀਂ ਕੈਲਕੂਲੇਟ ਕਰਨੀ ਹੈ ਮੀਡੀਅਨ। ਅਸੀਂ ਮੀਡੀਅਨ ਕੱਢਣ ਲਈ ਦੇਖਾਂਗੇ ਵੀ ਕਿਹਦੇ ਅਸੀਂ ਕਿਵੇਂ ਫਾਰਮੂਲਾ ਲਾਉਣਾ। ਜਦੋਂ ਮੀਡੀਅਨ ਪਤਾ ਕਰਨੀ ਹੁੰਦੀ ਆ, ਮੀਡੀਅਨ ਜਾਂ ਐਮ
ਇੱਕ ਹੁੰਦਾ ਐਨ ਵਾਈ ਟੂ ਦੇ, ਐਨ ਸਾਡੇ ਕੋਲ ਹੈਗਾ 46/2, ਇਹ ਆ ਗਿਆ ਸਾਡੇ ਕੋਲ ਕੱਟ ਕਰਕੇ 73। ਜਿਹੜਾ 73 ਆ ਇਹ ਕਮੂਲੇਟਿਵ ਫ੍ਰੀਕੁਐਂਸੀ ਦੇ ਵਿੱਚ ਦੇਖਣਾ ਸੀ ਕਿਹਦੇ ਵਿੱਚ ਲਾਈ ਕਰਦਾ, ਲਾਈ ਕਰਦਾ ਕਮੂਲੇਟਿਵ ਫ੍ਰੀਕੁਐਂਸੀ ਦੇ ਵਿੱਚ 102 ਦੇ ਵਿੱਚ। 102 ਦੇ ਵਿੱਚ ਕਲਾਸ ਇੰਟਰਵਲ ਸਾਡੇ ਕੋਲ ਆਉਂਦੇ ਨੇ 40 to 50, ਲਾਈ ਕਲਾਸ ਇੰਟਰਵਲ 40 to 50। ਜਦੋਂ ਸਾਡੇ ਕੋਲ ਕਲਾਸ ਇੰਟਰਵਲ 40 to 50 ਆ ਗਏ ਤਾਂ ਅਸੀਂ ਫੋਰਮੂਲਾ ਲਾਵਾਂਗੇ ਮੀਡੀਅਨ ਕੱਢਣ ਦਾ। ਐਲ 1 ਪਲੱਸ ਐਨ ਵਾਈ ਟੂ ਮਾਈਨਸ ਸੀ ਐੱਫ ਓਵਰ ਐੱਫ ਇੰਟੂ ਆਈ। ਐਲ 1 ਕਲਾਸ ਇੰਟਰਵਲ 40 to 50 ਆ, ਇਹਦੇ ਵਿੱਚ ਲੋਅਰ ਲਿਮਿਟ ਕਿਹੜੀ ਆ 40, ਐਨ ਵਾਈ ਟੂ ਸਾਡੇ ਕੋਲ ਆ ਗਿਆ 73, ਸੀ ਐੱਫ ਜਿਹੜੀ ਕਮੂਲੇਟਿਵ ਫ੍ਰੀਕੁਐਂਸੀ ਦੇ ਵਿੱਚ ਇਹ ਜਿਹੜਾ ਐਨ ਵਾਈ ਟੂ ਆਉਂਦਾ ਹੁੰਦਾ ਤਾਂ ਉਹ ਤੋਂ ਉੱਪਰ ਵਾਲੀ ਲੈਂਦੇ ਹੁੰਦੇ ਹਾਂ, ਇਹ 'ਚ ਲਵਾਂਗੇ ਅਸੀਂ 72 ਅਤੇ ਐੱਫ ਲਵਾਂਗੇ, ਇਹ ਕੀ ਚਲਾਈ ਕਰਦਾ ਸੀ ਜਿਹੜੇ ਕਲਾਸ ਇੰਟਰਵਲ 'ਚ, ਐੱਫ ਲਵਾਂਗੇ 30। ਐੱਫ ਇਜ਼ੀਕਲ ਟੂ 30, ਕਲਾਸ ਇੰਟਰਵਲ ਦਾ ਡਿਫਰੈਂਸ ਆਈ ਇਜ਼ੀਕਲ ਟੂ 10। ਅਸੀਂ ਹੁਣ ਫਾਰਮੂਲਾ ਲਾ ਦਾਂਗੇ ਆਹ ਵਾਲਾ, ਐੱਲ 1 40 ਪਲੱਸ ਐੱਨ ਵਾਈ ਟੂ 73 ਮਾਈਨਸ ਸੀ ਐੱਫ 72 ਡਿਵਾਈਡ ਐੱਫ 30 ਇੰਟੂ 10 ਆ ਗਿਆ। ਇਹ ਆ ਗਿਆ 40 10 3 ਜਾ, ਇਹ ਆ ਗਿਆ 73 ਮਾਈਨਸ 72 ਵਾਈ 3, ਇਹ ਪਲੱਸ ਵਿੱਚ 40 ਪਲੱਸ 1 ਵਾਈ 3 ਆ ਗਿਆ। 40 ਪਲੱਸ 1 ਵਾਈ 3 ਨੂੰ ਡਿਵਾਈਡ ਕਰਾਂਗੇ, ਇਹ ਆਜੂ ਸਾਡੇ ਕੋਲ 0.333, ਤਾਂ ਆਂਸਰ ਕਿੰਨਾ ਆਜੂ ਸਾਡੇ ਕੋਲ 40.33। ਇਹ ਸਾਡੇ ਕੋਲ ਮੀਡੀਅਨ ਆ ਗਈ। ਜਿਹੜੀ ਮੀਡੀਅਨ ਆ ਉਹ ਹਮੇਸ਼ਾ ਕੁਆਰਟਾਈਲ 2 ਦੇ ਇਕੁਅਲ ਹੁੰਦੀ ਆ, ਇਹਦੇ ਇਕੁਅਲ ਹੁੰਦੀ ਆ, ਕਿਉਂ 2 ਅਤੇ ਐੱਮ ਜਿਹੜੇ ਦਾ ਆਂਸਰ ਆ ਸੇਮ ਹੋਊਗਾ, ਕਿਉਂਕਿ ਕੁਆਰਟਾਈਲ 2 ਜਦੋਂ ਪਤਾ ਕਰਨਾ ਅਸੀਂ 2 ਇੱਥੇ ਲਾ ਦਾਂਗੇ, ਇੱਥੇ 4 ਲੱਗ ਜੂ, ਉਹ 2 ਨਾਲ 4 ਕੱਟ ਹੋ ਗਿਆ, ਇੱਥੇ ਐੱਨ ਵਾਈ 2 ਹੀ ਰਹਿ ਜਾਣਾ ਅਤੇ ਬਾਕੀ ਫਾਰਮੂਲਾ ਸੇਮ ਲੱਗ ਜਾਣਾ। ਇਹ ਸੀਗਾ ਸਾਡੇ ਕੋਲ ਮੀਡੀਅਨ ਪਤਾ ਕੀਤੀ। ਅਤੇ ਹੁਣ ਅਗਲਾ ਅੱਗੇ ਅਸੀਂ ਪਤਾ ਕਰਨਾ ਇੱਕ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ, ਪੁੱਛਿਆ ਗਿਆ ਸਾਨੂੰ ਅਸੀਂ ਕਿਊ 1 ਅਤੇ 3 ਪਤਾ ਕਰਨਾ। ਕਿਊ 1 ਪਤਾ ਕਰਨਾ, ਜਦੋਂ ਅਸੀਂ ਕਿਊ 1 ਪਤਾ ਕਰਨਾ ਤਾਂ ਅਸੀਂ ਸਭ ਤੋਂ ਪਹਿਲਾਂ ਸਾਈਜ਼ ਆਫ ਐੱਨ ਵਾਈ 4 ਆਈਟਮ, ਇਹ ਲੱਗਣੀ ਜੋ ਸਾਡੇ ਕੋਲ 146/4, ਜਦੋਂ ਅਸੀਂ ਡਿਵਾਈਡ ਕਰਾਂਗੇ 4 3 ਜ਼ਾ 12 4 6 ਜ਼ਾ 24.5,
ਇਹ ਆ ਗਿਆ। ਹੁਣ ਅਸੀਂ ਦੇਖਣਾ ਵੀ ਇਹ ਜਿਹੜਾ 36.5 ਆ ਲਾਈਜ਼ ਕਿਹ 'ਚ ਕਰਦਾ ਵਾ, ਕਿਹੜੇ ਕਲਾਸ ਇੰਟਰਵਲ 'ਚ ਲਾਈ ਕਰਦਾ ਵਾ, ਅਸੀਂ ਸੀ ਐੱਫ ਦੇ ਵਿੱਚ ਦੇਖਣਾ। ਸੀ ਐੱਫ ਦੇ ਵਿੱਚ ਸਾਡੇ ਕੋਲ 36.5 ਆ ਜਿਹੜਾ ਉਹ ਆਜੂਗਾ ਇਹਦੇ ਵਿੱਚ 40 ਦੇ ਵਿੱਚ, 36.5 ਆ ਜਿਹੜਾ ਇਹਦੇ ਵਿੱਚ ਆਜੂਗਾ, ਤਾਂ ਅਸੀਂ ਆਹ ਵਾਲਾ ਕਲਾਸ ਇੰਟਰਵਲ ਲੈਣਾ। ਲਾਈਕ ਇਹਦੇ ਵਿੱਚ ਕਰਦਾ ਕਿਉਂਕਿ 40 ਸੀ ਐੱਫ ਸਾਡੇ ਕੋਲ 40 ਆ, ਤਾਂ ਲਾਈ ਕਰਦਾ 20-30 ਕਲਾਸ ਇੰਟਰਵਲਸ। ਹੁਣ ਅਸੀਂ ਇਹਦਾ ਫੋਰਮੂਲਾ ਲਾਵਾਂਗੇ ਕਿਊ ਵਨ ਕੱਢਣ ਦਾ, ਐੱਲ ਵਨ ਪਲੱਸ ਐੱਨ ਵਾਈ ਫੋਰ ਮਾਈਨਸ ਸੀ ਐੱਫ ਓਵਰ ਐੱਫ ਇੰਟੂ ਆਈ। ਹੁਣ ਕਿਊ ਵਨ ਪਤਾ ਕਰ ਲਈ, ਇਹਦੇ ਵਿੱਚ ਲੋਅਰ ਲਿਮਿਟ ਕਿਹੜੀ ਹੈ 20, ਐੱਨ ਵਾਈ ਫੋਰ ਸਾਡੇ ਕੋਲ ਆ ਗਿਆ 36.5 ਮਾਈਨਸ ਸੀ ਐੱਫ। ਸੀ ਐੱਫ ਅਸੀਂ ਲੈਣੇ ਹੁੰਦੇ ਹਾਂ ਜਿਹੜਾ ਜਿਹਦੇ ਵਿੱਚ ਇਹ ਲਾਈ ਕਰਦਾ ਉਦੋਂ ਉੱਪਰ ਵਾਲਾ 20 ਲਵਾਂਗੇ, ਮਾਈਨਸ 20 ਲੱਗ ਗਿਆ, ਐੱਫ ਲਵਾਂਗੇ ਜਿਹਦੇ ਵਿੱਚ ਕਲਾਸ ਇੰਟਰਵਲ 'ਚ ਲਾਈ ਕਰਦਾ ਇਹ 20 ਆ, ਡਿਫਰੈਂਸ ਆ ਕਲਾਸ ਇੰਟਰਵਲ ਦਾ ਇਹ ਹੈਗਾ ਸਾਡੇ ਕੋਲ 10 ਦੇ ਇਕੁਅਲ। ਕਿਊ ਵਨ ਇਜ਼ੀਕਲ ਟੂ 20 ਪਲੱਸ, ਹੁਣ ਅਸੀਂ ਇਹਦੇ ਵਿੱਚੋਂ ਮਾਈਨਸ ਕਰ ਦਾਂਗੇ, 36.5 ਦੇ ਵਿੱਚੋਂ 20 ਮਾਈਨਸ ਕੀਤੇ ਇਹ ਆ ਗਿਆ ਸਾਡੇ ਕੋਲ, ਆਹ 2 ਤੇ ਕੱਟ ਹੋ ਗਿਆ 16.5/2। ਇਹ ਜੋ ਡਿਵਾਈਡ ਕਰਾਂਗੇ 20 ਪਲੱਸ 28 ਜਾਂ 16.22 ਜਾਂ 4 2 5 ਜਾਂ 10, ਕਿਊ ਵਨ ਸਾਡੇ ਕੋਲ ਆ ਗਿਆ 20 + 8.25 28.25, ਕਿਊ ਵਨ ਆਂਸਰ ਆ ਗਿਆ। ਹੁਣ ਅੱਗੇ ਅਸੀਂ ਪਤਾ ਕਰਨਾ ਕਿਊ ਥ੍ਰੀ ਪਤਾ ਕਰਨਾ, ਜਦੋਂ ਅਸੀਂ ਕਿਊ ਥ੍ਰੀ ਕੱਢਦੇ ਹਾਂ ਤਾਂ ਸਾਡੇ ਕੋਲ ਸਾਈਜ਼ ਆਫ 3 × n/4 ਲੱਗੂ, ਇਹਦੇ ਵਿੱਚ ਸਾਈਜ਼ ਆਫ 3 × n ਹੈਗਾ 146/4, ਹੁਣ ਕਿੰਨੇ ਆਜੂ ਸਾਡੇ ਕੋਲ ਇਹਦੇ ਕੱਟ ਕਰਕੇ 2 7 2 3 2 9 / 2, ਇਹ ਆ ਗਿਆ ਸਾਡੇ ਕੋਲ 2 1 2 2 1 2, ਅੱਗੇ ਆ ਗਿਆ ਸਾਡੇ ਕੋਲ
3 3 9 21 2 ਤੇ ਡਿਵਾਈਡ ਕਰਾਂਗੇ, 2 1 2 1 ਤੇ ਜਾਂਦਾ ਨਹੀਂ, 2 1 9 ਨੂੰ 2 ਤੇ ਡਿਵਾਈਡ ਕਰਾਂਗੇ, 2 1 2 1 ਉੱਪਰੋਂ ਤਰ ਲਿਆ, ਫਿਰ ਇੱਕ ਹੋਰ ਤਰਨ ਪਿਆ, 0 ਲੱਗੀ, 19 2 9 18 0.25 ਜਾ, ਇਹ ਆ ਗਿਆ ਸਾਡੇ ਕੋਲ 109.5। ਅਤੇ ਹੁਣ ਅਸੀਂ ਇਹਦਾ ਫੋਰਮੂਲਾ ਲਾਵਾਂਗੇ ਕਿ ਉਹ 3 ਕੱਢਣ ਦਾ, ਇਹ ਹੋ ਗਿਆ L1 ਪਲੱਸ 3NY4 ਮਾਈਨਸ CF ਓਵਰ F ਇੰਟੂ I, ਕਿ ਉਹ 3 ਇਜ਼ੀਕਲ ਟੂ ਲੋਅਰ ਲਿਮਿਟ ਸਾਡੇ ਕੋਲ ਹੈਗੀ ਆ। ਹੁਣ ਅਸੀਂ ਦੇਖਣਾ ਜਿਹੜਾ 109.5 ਆ ਇਹ ਕਿਹਦੇ 'ਚ ਲਾਈ ਕਰਦਾ, ਕਿਹੜੇ ਕਲਾਸ ਇੰਟਰਵਲ ਦੇ ਵਿੱਚ ਲਾਈ ਕਰਦਾ ਵਾ। ਅਸੀਂ ਦੇਖਣਾ 109 ਇਹ ਲਾਈ ਕਰੂਗਾ ਸਾਡੇ ਕੋਲ ਇਹਦੇ ਵਿੱਚ 50 to 60 ਕਲਾਸ ਇੰਟਰਵਲ 50 to 60 ਇਹਦੇ ਵਿੱਚ ਲਾਈ ਕਰੂਗਾ। ਹੁਣ ਅਸੀਂ ਫਾਰਮੂਲੇ 'ਚ ਲੋਅਰ ਲਿਮਿਟ 50 ਆ ਗਈ ਪਲੱਸ 3NY4 ਜਿਹੜਾ ਸਾਈਜ਼ ਆਫ ਦੀ ਕਲਾ ਹੈਗਾ ਆਈਟਮ ਇਹ ਆਇਆ 3NY4 ਆ ਗਿਆ 109.5 ਮਾਈਨਸ CF ਅਸੀਂ ਲੈਂਦੇ ਹੁੰਦੇ ਹਾਂ ਉਦੋਂ ਉੱਪਰ ਵਾਲਾ, ਅਸੀਂ ਇਸ 'ਚ ਲਵਾਂਗੇ 102 ਓਵਰ ਇਹ 'ਚ ਲਵਾਂਗੇ 28 CF ਲਵਾਂਗੇ, ਅਸੀਂ F ਲਵਾਂਗੇ 28 ਇੰਟੂ 10। ਹੁਣ ਆ ਗਿਆ ਕਿਉ 3 ਇਜ਼ੀਕਲ ਟੂ 50 ਪਲੱਸ ਇਹ 'ਚ ਮਾਈਨਸ ਕੀਤੇ ਆ ਗਿਆ 7.5 ਓਵਰ 28 ਇੰਟੂ 10, ਆ ਪੁਆਇੰਟ ਹਟਾ ਤਾ 10 ਡਿਵ ਕੱਟੇ ਗਏ, ਅਤੇ 75 ਵਿੱਚ ਰੱਖ ਕੇ 28 'ਤੇ ਡਿਵਾਈਡ ਕੀਤਾ, 28 2 56 ਇਹ ਆ ਗਿਆ ਸਾਡੇ ਕੋਲ 9, ਇੱਧਰ ਆ ਗਿਆ 1 ਪੁਆਇੰਟ ਲੱਗ ਗਿਆ ਇੱਧਰ 0 28 6 ਜਾ 168 ਅੱਗੇ ਆ ਗਿਆ 2 2 ਫੇਸ 0 ਲਾ ਲਈ, ਅੱਗੇ ਜਾਊਗਾ ਸਾਡੇ ਕੋਲ 128 7 ਜਾ 196 ਅੱਗੇ 4 ਇੱਧਰ 11 2 0 ਅੱਗੇ ਫਿਰ 8 'ਤੇ ਜਾਊਗਾ, ਅਤੇ ਸਾਡੇ ਕੋਲ ਆ ਗਿਆ ਕਿਉ 3 ਇਜ਼ੀਕਲ ਟੂ 50 ਪਲੱਸ 2.678 ਇਹਨੂੰ ਅਸੀਂ ਲਿਖ ਸਕਦੇ ਹਾਂ 50 ਪਲੱਸ 2.67 ਦੀ ਜਗ੍ਹਾ 8 ਲਿਖ ਸਕਦੇ ਹਾਂ, ਕਿਉਂਕਿ ਜਦੋਂ ਥਰਡ ਵਾਲਾ ਜਿਹੜਾ
ਹੈਗਾ ਵਾ ਡਿਜ਼ਿਟ, ਅਤੇ ਇਹ 5 ਜਾਂ 5 ਤੋਂ ਵੱਡਾ ਹੋਵੇ ਤਾਂ ਇਹਨੂੰ ਹਟਾ ਕੇ ਅਸੀਂ ਜਿਹੜਾ ਸੈਕਿੰਡ ਨੰਬਰ ਵਾਲਾ ਉਹਦੇ ਵਿੱਚ ਪਲੱਸ 1 ਕਰ ਦਿੰਦੇ ਹਾਂ, ਇੱਥੇ ਹੋਜੂ 0.68। ਆਂਸਰ ਆ ਗਿਆ 52.68। ਇਹ ਆ ਗਿਆ ਸਾਡੇ ਕੋਲ Q3। ਅਤੇ ਹੁਣ ਅਸੀਂ ਕੀ ਪਤਾ ਕਰਨਾ, ਇਸ ਤੋਂ ਬਾਅਦ ਅਸੀਂ ਪਤਾ ਕਰਨਾ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਸੀ। 7th ਡਿਸਾਈਲ ਐਂਡ 85 ਪਰਸੈਂਟਾਈਲ, ਅਸੀਂ Q1 ਅਤੇ Q3 ਪਤਾ ਕਰ ਲਿਆ, ਮੀਡੀਅਨ ਪਤਾ ਕਰ ਲਈ ਅਤੇ D7। ਹੁਣ ਅਸੀਂ ਪਤਾ ਕਰਾਂਗੇ D7। ਜਦੋਂ ਅਸੀਂ D7 ਕੱਢਣਾ ਤਾਂ ਅਸੀਂ ਸਾਈਜ਼ ਆਫ 7 ਇੰਟੂ 7 NY10 ਆਈਟਮਸ, D7 ਇਜ ਇਕੁਅਲ ਟੂ 7 ਐਨ ਸਾਡੇ ਕੋਲ ਹੈਗਾ 146/10। ਇਹ ਆ ਗਿਆ ਸਾਡੇ ਕੋਲ 7 ਇੰਟੂ 14.6। ਜਦੋਂ ਇਹਨੂੰ ਮਲਟੀਪਲਾਈ ਕਰਾਂਗੇ ਇਹਦੇ ਨਾਲ, ਇਹ ਆ ਜੂ 102.2। ਹੁਣ ਅਸੀਂ ਦੇਖਣਾ ਜਿਹੜਾ ਸਾਡੇ ਕੋਲ ਹੈਗਾ 102.2 ਆ, ਇਹ ਕੀ ਚਲਾਈ ਕਰਦਾ, ਕਲਾਸ ਇੰਟਰਵਲ। ਇਹਨੂੰ ਅਸੀਂ 102.2 ਨੂੰ ਅਸੀਂ ਦੇਖਣਾ ਕਮੂਲੇਟਿਵ ਫ੍ਰੀਕੁਐਂਸੀ 'ਚ, ਇਹ ਆਊਗਾ ਸਾਡੇ ਕੋਲ 130 ਆਏ 'ਚ। 130 ਵਾਲੇ ਦੇ ਵਿੱਚ ਕਲਾਸ ਇੰਟਰਵਲ ਕਿਹੜਾ ਵਾ, 130 ਵਾਲੇ ਦੇ ਵਿੱਚ ਇਹ ਲਾਈ ਕਰੂਗਾ 102.2 ਆ ਜਿਹੜਾ 130 'ਚ ਲਾਈ ਕਰੂਗਾ, ਕਲਾਸ ਇੰਟਰਵਲ ਆਊਗਾ 52.60। ਹੁਣ ਅਸੀਂ ਫਾਰਮੂਲਾ ਲਾਵਾਂਗੇ, ਲੋਅਰ ਲਿਮਿਟ ਪਲੱਸ 7 NY10 ਮਾਈਨਸ CF/F ਇੰਟੂ I। D7 ਇਜ ਇਕੁਅਲ ਟੂ ਲੋਅਰ ਲਿਮਿਟ ਆ ਗਈ ਸਾਡੇ ਕੋਲ 50 ਪਲੱਸ 7 NY10 ਸਾਡੇ ਕੋਲ ਆ ਗਿਆ 102.2 ਮਾਈਨਸ CF। ਅਸੀਂ ਉਦੋਂ ਉੱਪਰ ਵਾਲਾ ਦੇਖਣਾ ਹੁੰਦਾ, ਅਸੀਂ 130 'ਚ ਲਿਆ ਸੀ ਪਰ 102 ਆ, 102/F ਸਾਡੇ ਕੋਲ ਆ ਗਈ 28 ਇੰਟੂ 10। D7 ਇਜ ਇਕੁਅਲ ਟੂ 50 ਪਲੱਸ 0.2/28 ਇੰਟੂ 10। ਇਹ ਆ ਗਿਆ ਸਾਡੇ ਕੋਲ 50 ਪਲੱਸ 20/28। ਹੁਣ ਅਸੀਂ ਡਿਵਾਈਡ ਕਰਾਂਗੇ 50 ਪਲੱਸ 1/14, ਇਹਨੂੰ ਡਿਵਾਈਡ ਕੀਤਾ ਅਤੇ ਇਹ ਆ ਗਿਆ 50 ਪਲੱਸ, ਪਹਿਲਾਂ ਜਾਣਾ ਨਹੀਂ ਪੁਆਇੰਟ ਲੱਗ ਗਿਆ,
ਫਿਰ ਜ਼ੀਰੋ ਲੱਗ ਜਾਓ। 14 sevens are 98, ਅੱਗੇ 2 ਵੱਜ ਗਿਆ, ਫਿਰ 40 ones are 40, ਇਹ ਆ ਗਿਆ ਸਾਡੇ ਕੋਲ। D7 is equal to 50 plus 0.071, ਐਡ ਕਰਾਂਗੇ 50.07, ਇਹ ਆਂਸਰ ਆ ਗਿਆ D7। ਹੁਣ ਅੱਗੇ ਅਸੀਂ ਪਤਾ ਕਰਨਾ ਪੀ ਕੁਐਸਚਨ ਦੇ ਵਿੱਚ ਕੀ ਪੁੱਛਿਆ, P85। ਜਦੋਂ P85 ਪਤਾ ਕਰਨਾ, ਸਾਈਜ਼ ਆਫ 85 × NY 100 ਆਈਟਮਸ, ਇਹ ਹੋ ਗਿਆ 85 × 146/100, 85 × 100, 146/100, ਤਿੰਨ। ਹੁਣ ਅਸੀਂ ਦੇਖਣਾ ਕੱਟ ਕੇ, 5 ਦੇ ਕੱਟ ਹੋ ਗਿਆ ਪਹਿਲਾਂ, 5 × 2 = 10, ਫਿਰ ਆ ਗਿਆ 10, 2 7s are 2 3s are, ਇਹ ਆ ਗਿਆ ਸਾਡੇ ਕੋਲ। ਇਹਨੂੰ ਮਲਟੀਪਲਾਈ ਕਰਾਂਗੇ, 1 2 4 1 by 10, 10 1s are 10, 10 2s are 10, 4s are 0.1, ਇਹ ਆ ਗਿਆ ਸਾਡੇ ਕੋਲ ਸਾਈਜ਼ ਆਫ ਦੀ nth ਆਈਟਮ। ਅੱਗੇ ਫੋਰਮ ਦੇਖਣਾ, ਹੁਣ 124 ਆ ਜਿਹੜਾ, 0.1 ਆ ਜਿਹੜਾ, ਲਾਈਜ ਕਿਹੜੇ 'ਚ ਕਰਦਾ ਕਲਾਸ ਇੰਟਰਵਲਸ, ਇਹ ਦੇਖਣਾ ਹੁਣ ਵੀ ਕਿਹਦੇ ਵਿੱਚ ਲਾਈ ਕਰਦਾ। 124 ਇਹ ਹੋਊਗਾ, 124 130 ਵਾਲੇ 'ਚ ਕਰੂਗਾ ਲਾਈ। ਹੁਣ ਅਸੀਂ ਇਹਦੇ ਵਿੱਚ ਦੇਖਣਾ ਕਿਹੜਾ ਕਲਾਸ ਇੰਟਰਵਲ ਆ, 50 to 60 ਵਿੱਚ ਲਾਈ ਕਰਦਾ ਵਾ। P85 ਫਾਰਮੂਲਾ ਲਾਵਾਂਗੇ, L1 ਪਲੱਸ 85 NY 100 ਮਾਈਨਸ CF/F×I। P85 ਇਸ ਇਕਲ ਟੂ ਲੋਅਰ ਲਿਮਿਟ ਸਾਡੇ ਕੋਲ ਹੈਗੀ ਹੈ 50, ਆਹ ਸਾਡੇ ਕੋਲ ਆ ਗਿਆ 124.1, CF ਅਸੀਂ ਕਿਹੜਾ ਲਵਾਂਗੇ ਇਹਦੇ ਵਿੱਚ, ਇਹਦੇ ਵਿੱਚ ਲਾਈ ਕਰਦਾ, ਇਹ ਲਵਾਂਗੇ 102 ਲਵਾਂਗੇ, ਤਾਂ ਜਿਹੜਾ ਫ੍ਰੀਕੁਐਂਸੀ ਆ ਉਹ ਜਿਹ 'ਚ ਲਾਈ ਕਰਦਾ ਉਹ ਲਵਾਂਗੇ ਕਲਾਸ ਇੰਟਰਵਲ, 28 × 10, ਇਹ ਆ ਗਿਆ 50 ਪਲੱਸ, ਇਹ 'ਚੋਂ ਮਾਈਨਸ ਕਰਕੇ 22.1/28×10, ਆ ਪੁਆਇੰਟ ਹਟਾ ਤਾ, 10 10 ਨਾਲ 10 ਕੱਟ ਹੋ ਗਏ,
ਇਹ ਆ ਗਿਆ P85 ਇਜ਼ੀਕਲ ਟੂ 50 + 2 = 21/28। ਹੁਣ ਅਸੀਂ ਇਹ ਡਿਵਾਈਡ ਕਰਾਂਗੇ। ਡਿਵਾਈਡ ਕਰਾਂਗੇ 50 + 2 = 21/28। ਜਦੋਂ ਡਿਵਾਈਡ ਕੀਤਾ ਸਾਡੇ ਕੋਲ ਆ ਗਿਆ 50 + 7.893। ਤਾਂ ਇਹ ਆ ਜੋ 50 + 7.89 57.89 ਆਂਸਰ ਆ ਗਿਆ ਸਾਡੇ ਕੋਲ ਇਹ P85, ਕਿਉਂਕਿ ਇਹਨੂੰ ਅਸੀਂ ਡਿਵਾਈਡ ਕੀਤਾ, ਡਿਵਾਈਡ ਸਾਈਡ 'ਤੇ ਕਰ ਲੈਣਾ, 2/21/28 ਨੇ ਡਿਵਾਈਡ ਕੀਤਾ। ਪਹਿਲਾਂ ਜਾਊ ਸਾਡੇ ਕੋਲ 7 'ਤੇ, 28 7 = 196 ਹੁੰਦਾ, ਅਤੇ 5 2 ਪੁਆਇੰਟ ਲੱਗ ਗਿਆ, ਇੱਧਰ ਪੁਆਇੰਟ ਲੱਗ ਗਿਆ 0। 28 8 ਜਾਂ 2/24 ਹੁੰਦਾ। ਫਿਰ ਅਸੀਂ ਇਹਨੂੰ ਮਾਈਨਸ ਕੀਤਾ 62 62 0, ਫਿਰ ਹੁੰਦਾ 28 9 ਜਾਂ 2/52। ਫਿਰ ਆ ਗਿਆ ਸਾਡੇ ਕੋਲ 8 0, ਫਿਰ ਜਾਊਗਾ ਸਾਡੇ ਕੋਲ 2 'ਤੇ 56, ਫਿਰ 4 2 0, ਫਿਰ ਡਿਵਾਈਡ ਕੀਤਾ, ਇਹ ਜਾਊਗਾ ਸਾਡੇ ਕੋਲ 8 'ਤੇ 2/24। ਇਹ ਆ ਗਿਆ ਟੋਟਲ 7.89। 8 ਦੀ ਜਗ੍ਹਾ ਤੁਸੀਂ 3 ਲੈ ਸਕਦੇ ਹਾਂ ਜਾਂ 2 ਡਿਜਿਟ ਤੱਕ ਲੈ ਸਕਦੇ ਹਾਂ। ਹੁਣ ਅਸੀਂ ਕੁਐਸਚਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਤਾ ਕੀਤਾ ਕਮੂਲੇਟਿਵ ਫ੍ਰੀਕੁਐਂਸੀ। ਕਮੂਲੇਟਿਵ ਫ੍ਰੀਕੁਐਂਸੀ ਪਤਾ ਕਰਕੇ ਫਿਰ ਅਸੀਂ ਕੱਢੀ ਮੀਡੀਅਨ। ਮੀਡੀਅਨ ਅਤੇ ਮੀਡੀਅਨ ਸਾਡੇ ਕੋਲ ਆ ਗਈ ਆਹ, ਇਹ ਹੁੰਦੀ ਹੈ ਕਿਊ ਟਿਊ ਦੇ ਇਕਲ। ਉਦੋਂ ਬਾਅਦ ਅਸੀਂ ਕੱਢਿਆ ਕਿਊ ਵਨ ਸਾਡੇ ਕੋਲ ਆ ਗਿਆ ਆਂਸਰ ਆਹ। ਫਿਰ ਅਸੀਂ ਕਿਊ ਥ੍ਰੀ ਪਤਾ ਕੀਤਾ, ਕਿਊ ਥ੍ਰੀ ਦਾ ਆਂਸਰ ਆ ਗਿਆ ਸਾਡੇ ਕੋਲ ਇਹ। ਉਸ ਤੋਂ ਬਾਅਦ ਅਸੀਂ D7 ਪਤਾ ਕੀਤਾ, D7 ਆਂਸਰ ਆ ਗਿਆ ਆਹ ਵਾਲਾ। ਫਿਰ P85 ਪਤਾ ਕੀਤਾ, ਉਹ ਆ ਗਿਆ ਸਾਡੇ ਕੋਲ P85 ਇਜ਼ੀਕਲ ਟੂ 57.89 ਆਂਸਰ। ਇਹ ਸੀਗਾ ਅਸੀਂ ਕੁਆਰਟਾਈਲ, ਮੀਡੀਅਨ ਅਤੇ ਡਿਸਾਈਲ ਅਤੇ ਪਰਸੈਂਟਾਈਲ ਪਤਾ ਕੀਤੇ। ਜੇ ਤੁਹਾਨੂੰ ਤੁਹਾਨੂੰ ਜੇ ਸਾਡਾ ਇਹ ਸਮਝ ਲੱਗ ਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਗਲੀ ਵੀਡੀਓ ਦੇਖਣ ਲਈ ਘੰਟੀ ਦਾ ਬਟਨ ਦਬਾਇਓ।
ਤਾਂ ਜੋ ਤੁਹਾਡੇ ਕੋਲ ਰਿਲੇਟਡ ਸਾਰੀਆਂ ਵੀਡੀਓਜ਼ ਪਹੁੰਚ ਸਕਣ। ਥੈਂਕ ਯੂ।